ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਨਜ਼ਰ ਮਾਰਾਂਗੇ ਪੰਜਾਬ ਟੌਪ 10 ਤੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਹਕੋਟ ਪਹੁੰਚਿਆ। ਸੁਖਬੀਰ ਸਿੰਘ ਬਾਦਲ ਤੇ ਸੁਖਪਾਲ ਖਹਿਰਾ ਤੇ ਹਮਲਾ ਬੋਲਿਆ। ਬੁੱਧਵਾਰ ਨੂੰ ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਨੇ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਭਰਨ ਵੇਲੇ ਕੈਪਟਨ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਸੀ। ਕੈਪਟਨ ਨੇ ਅੱਜ ਇਸ ਦਾ ਜਵਾਬ ਦਿੱਤਾ। ਸ਼ਾਹਕੋਟ ਜ਼ਿਲ੍ਹੇ ਚੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੇ ਦਾ ਪਰਚਾ ਭਰਵਾਇਆ। ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਸ਼ਾਹਕੋਟ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਨਾਲ ਅਸੀਂ ਵਿਧਾਨ ਸਭਾ ਵਿੱਚ 2/3 ਹੋ ਜਾਵਾਂਗੇ। ਕਈ ਕੰਮਾਂ ਲਈ 2/3 ਅੰਕੜੇ ਦੀ ਲੋੜ ਹੁੰਦੀ ਹੈ। ਅੱਗੇ ਸਾਨੂੰ ਕੰਮ ਕਰਨ ਵਿੱਚ ਆਸਾਨੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ MLA ਅਤੇ ਮੰਤਰੀ ਦੇਣਗੇ। ਇਸ ਤੋਂ ਪਹਿਲਾਂ 4 ਸਮਾਗਮਾਂ ਵਿੱਚ ਅਸੀਂ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਦਿੱਤੇ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਉੱਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਲਾਡੀ ਨੂੰ ਗ੍ਰਿਫਤਾਰ ਕਰੋ। ਉਹ ਕੌਣ ਹਨ? ਇਲੈਕਸ਼ਨ ਕਮਿਸ਼ਨ ਹੈ। ਵੱਡੇ ਬਾਦਲ ਤੋਂ ਬੋਲਿਆ ਨਹੀਂ ਜਾਂਦਾ, ਛੋਟਿਆਂ ਬੋਲਦਾ ਹੈ। ਇੱਕ ਹੈ ਖਹਿਰਾ, ਉਹ ਵੀ ਬੋਲਦਾ ਹੈ। ਇਤਿਹਾਸ ਦੇ ਚੈਪਟਰ ਬਦਲਣ ਬਾਰੇ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਿੱਖਿਆ ਮੰਤਰੀ ਜਗਜੀਤ ਸਿੰਘ ਚੀਮਾ ਨੇ ਹੀ ਕਮੇਟੀ ਬਣਾਈ ਸੀ। ਉਹ ਰੌਲਾ ਪਾਉਂਦੇ ਨੇ, ਇਹ ਨਹੀਂ ਦੱਸਦੇ ਕਿ ਵਜ਼ੀਰ ਕੌਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ SGP3 ਚਿੱਠੀ ਆਈ ਤਾਂ ਮੈਂ GST ਮਾਫ਼ ਕਰਤਾ। ਇਸ ਤੋਂ ਪਹਿਲਾਂ ਮੈਂ 2002 ਵਿੱਚ ਲੰਗਰ ਅਤੇ ਸੇਲ ਟੈਕਸ ਵੀ ਮਾਫ਼ ਕੀਤਾ ਸੀ। ਸ਼ਾਹਕੋਟ ਵਿੱਚ ਅੱਜ ਕਾਂਗਰਸ ਦੀ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਬੱਬੂ ਨੇ ਨੀਲਕੰਠ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਨੇ ਸਟੇਜ ਤੋਂ ਹੀ ਤੋਹਫ਼ਾ ਪਾ ਕੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਬਾਰੇ ਬੱਬੂ ਨੀਲਕੰਠ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹੁਣ ਦਮ ਘੁੱਟਣ ਲੱਗ ਪਿਆ ਸੀ। ਹੁਣ ਚੋਣਾਂ ਨੇੜੇ ਹਨ, ਲੇਕਿਨ ਨੇਤਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਕਰਦੇ ਸਨ। ਮੇਰਾ ਮਨ ਉਦੋਂ ਹੀ ਉਦਾਸ ਹੋ ਗਿਆ ਸੀ ਜਦੋਂ ਕੇਜਰੀਵਾਲ ਨੇ ਮਾਫ਼ੀ ਮੰਗੀ ਸੀ, ਲੇਕਿਨ ਫਿਰ ਸੋਚਿਆ ਕਿ ਸ਼ਾਇਦ ਪਾਰਟੀ ਵਿੱਚ ਸੁਧਾਰ ਆ ਜਾਵੇਗਾ। ਲੇਕਿਨ ਡਾਕਟਰ ਬਲਬੀਰ ਮੀਤ ਪ੍ਰਧਾਨ ਬਣੇ, ਉਹਨਾਂ ਨੇ ਕਿਹਾ ਕਿ ਮੈਂ ਸੁਧਾਰ ਲਿਆਵਾਂਗਾ, ਲੇਕਿਨ ਕੁਛ ਨਹੀਂ ਹੋਇਆ। ਇੰਗਲੈਂਡ ਵਿੱਚ ਸਾਊਥ ਹਾਲ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਕੁਛ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਉਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਹੈ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਧਾਰਮਿਕ ਪ੍ਰਚਾਰਕ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਫਿਕਰਮੰਦ ਨੇ। ਇਸ ਬਾਰੇ ਮੁੱਖ ਮੰਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੇ ਨੇ ਉਹਨਾਂ ਨੂੰ UK 'ਚ ਘਟਨਾ ਬਾਰੇ ਦੱਸਿਆ। ਉਹ ਸੰਗਤ ਦੇ ਫੈਸਲੇ ਮੁਤਾਬਕ ਗੁਰਦੁਆਰਾ ਸਾਊਥ ਹਾਲ ਲੰਡਨ 'ਚ 5 ਸਿੰਘਾਂ ਨੂੰ ਗੁਰੂ ਰੂਪ ਜਾਣ ਕੇ ਗੱਲਬਾਤ ਕਰਨ ਲਈ ਗਏ ਸਨ। ਉਹਨਾਂ ਸਿੰਘਾਂ ਨੇ ਕਮਰੇ ਵਿੱਚ ਲਿਆ ਕੇ ਉਸ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਕੇਸਾਂ ਦੇ ਪੱਗ ਦੀ ਬੇਅਦਬੀ ਕੀਤੀ। ਉਹਨਾਂ ਤਖਤ ਸਾਹਿਬਾਨ ਅਤੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਨੂੰ ਅਜਿਹੀ ਘਟਨਾਵਾਂ ਦੀ ਜ਼ੋਰ ਨਾਲ ਨਿਖੇਧੀ ਕਰਨੀ ਚਾਹੀਏ ਕਰਨ ਦੀ ਅਪੀਲ ਕੀਤੀ। ਉਹਨਾਂ ਉੱਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਦਸਤਾਵਤਾਰਨ ਦੀ ਘਟਨਾ ਨੂੰ ਮਨਭਾਗਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਾਹਕੋਟ ਅਸੈਂਬਲੀ ਹਲਕੇ ਵਿੱਚ ਸਾਰੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਜਾਨ ਅਤੇ ਆਜ਼ਾਦੀ ਦੀ ਰਾਖੀ ਕਰਨ ਲਈ ਕਿਹਾ। ਪਾਰਟੀ ਨੇ ਕਿਹਾ ਕਿ DGP ਵੱਲੋਂ ਸ਼ਾਨਦਾਰ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਹਾਸਲ ਕਰਨ ਵਾਲੇ SHO ਵਿਰੁੱਧ ਜਿਸ ਤਰ੍ਹਾਂ ਕਾਂਗਰਸ ਸਰਕਾਰ ਵੱਲੋਂ ਭੰਡੀ ਪ੍ਰਚਾਰ ਕੀਤਾ ਗਿਆ, ਉਸਨੇ ਸਾਰੇ ਸਰਕਾਰੀ ਮਸ਼ੀਨਰੀ ਦਾ ਮਨੋਬਲ ਥੱਲੇ ਸੁੱਟ ਦਿੱਤਾ ਅਤੇ ਇੱਕ ਆਜ਼ਾਦ ਅਤੇ ਨਿਰਪੱਖ ਜ਼ਿੰਦਗੀ ਚੋਣ ਦੀਆਂ ਸਾਰੀਆਂ ਉਮੀਦਾਂ ਨੂੰ ਢਹਿ ਢੇਰੀ ਕਰ ਦਿੱਤਾ ਹੈ। ਇੱਥੇ ਚੋਣ ਕਮਿਸ਼ਨ ਨੂੰ ਦਿੱਤੇ ਇੱਕ ਮੰਗ ਪੱਤਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਮਹਿਤਪੂਰਨ ਅਤੇ SHO ਕਮਿਸ਼ਨਰ ਬਾਜਵਾ ਨਾਲ ਕੀਤੇ ਭੈੜੇ ਵਿਵਹਾਰ ਨੇ ਸ਼ਾਹਕੋਟ ਵਿੱਚ ਸਾਰੀ ਪੁਲਿਸ ਅਤੇ ਸਿਵਲ ਮਸ਼ੀਨਰੀ ਦਾ ਹੌਸਲਾ ਤੋੜ ਦਿੱਤਾ। ਇਸ ਲਈ ਜਦੋਂ ਤੱਕ ਚੋਣ ਕਮਿਸ਼ਨ ਦੁਆਰਾ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਇਸ ਹਲਕੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਹੋਣੀਆਂ ਸੰਭਵ ਨਹੀਂ ਹਨ। ਸੱਤੀ ਮਈ ਦਾ ਕੇਂਦਰ ਨੇ GST ਨੂੰ ਲੈ ਕੇ ਆਪਣਾ ਫੈਸਲਾ ਨਾ ਬਦਲਿਆ ਤਾਂ ਪੰਜਾਬ ਭਰ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਹ ਕਹਿਣਾ ਪੰਜਾਬ ਦੇ ਨੇਤਾ ਜਗਜੀਤ ਸਿੰਘ ਬਰਾੜ ਦਾ, ਜੋ ਅੱਜ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਣ ਤੋਂ ਬਾਅਦ ਜਗਜੀਤ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅੱਜ ਇੱਥੇ ਗੁਰੂ ਹਾਜ਼ਰੀ ਭਰਨ ਆਏ ਸਨ। ਉਹਨਾਂ ਇੱਕ ਸਵਾਲ ਦਾ ਜਵਾਬ ਦਿੰਦਾ ਹੋਇਆ ਕਿਹਾ ਕਿ ਕਾਂਗਰਸ ਵਿੱਚ ਉਹ ਤਾਂ ਹੀ ਸ਼ਾਮਲ ਹੋਣਗੇ ਜਦੋਂ ਉਹਨਾਂ ਨੂੰ ਆਲਾ ਕਮਾਨ ਤੋਂ ਕੋਈ ਫਰਮਾਨ ਆਵੇਗਾ। ਫਿਲਹਾਲ ਇਸ ਸੰਬੰਧੀ ਅਜੇ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਉੱਥੇ ਹੀ ਸ਼ਾਹਕੋਟ ਚੋਣ ਉੱਤੇ ਬੋਲਦੇ ਉਹਨਾਂ ਨੇ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੂੰ ਪਤਾ ਕਿ ਕਿਸ ਨੇਤਾ ਨੂੰ ਜਿਤਾਉਣਾ ਹੈ, ਇਹ ਫੈਸਲਾ ਉਹਨਾਂ ਦਾ ਹੈ। ਬੀਤੇ ਦਿਨੀ ਟਾਂਡਾ ਵਿਖੇ ਵਾਪਰੇ ਅਗਨੀ ਕਾਂਡ ਦੇ ਮੁੱਖ ਦੋਸ਼ੀ ਰਜਿੰਦਰ ਸਿੰਘ ਉਰਫ ਜਿੰਦਾ ਵੱਲੋਂ ਥਾਣਾ ਟਾਂਡਾ 'ਚ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਜਿੰਦਾ ਨੇ ਹਿਰਾਸਤ ਦੌਰਾਨ ਬਾਥਰੂਮ 'ਚ ਆਪਣੀਆਂ ਪੱਟੀਆਂ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਜ਼ਿਕਰਯੋਗ ਹੈ ਕਿ ਜਿੰਦਾ ਨੇ ਰੰਜਿਸ਼ ਦੇ ਚੱਲਦਿਆਂ ਆਪਣੇ ਗੁਆਂਢੀ ਦੇ ਪਰਿਵਾਰ 'ਤੇ ਪੈਟਰੋਲ ਛਿੜ ਕੇ ਅੱਗ ਲਗਾ ਦਿੱਤੀ ਸੀ, ਜਿਸ ਦੌਰਾਨ 11 ਮਹੀਨੇ ਦੇ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਬੀਤੀ ਰਾਤ ਮੌਤ ਦਾ ਸ਼ਿਕਾਰ ਹੋਈ 17 ਸਾਲਾ ਪਰਮਿੰਦਰ ਕੌਰ ਦੀ ਲਾਸ਼ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਜਨਤਕ ਪਠਾਨਕੋਟ ਮਾਰਗ 'ਤੇ ਰੱਖ ਕੇ ਜਾਮ ਲਗਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮ੍ਰਿਤਕ ਸੁਖਵਿੰਦਰ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਅਗਨੀ ਕਾਂਡ 'ਚ ਉਹਨਾਂ ਦੇ ਪਰਿਵਾਰਕ ਮੈਂਬਰਾਂ 'ਚੋਂ ਹੁਣ ਤੱਕ ਮਹਿਲਾਵਾਂ ਸਮੇਤ 3 ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਰਹੰਦ ਰੇਲਵੇ ਸਟੇਸ਼ਨ ਨੇੜੇ ਨੌਜਵਾਨ ਦੇ ਪਰਿਵਾਰ
ਨੂੰ ਉਹਨਾਂ ਦੀ ਪਤਨੀ ਤੇਜਿੰਦਰ ਕੌਰ ਅਤੇ ਲੜਕਾ ਇੰਦਰਜੀਤ ਸਿੰਘ ਦੇ ਖਿਲਾਫ਼ ਦਰਖਾਸਤ ਦੇ ਦਿੱਤੀ, ਜਿਸ ਨੂੰ ਲੈ ਕੇ ਐਸਐਸਪੀ ਸਾਹਿਬ ਨੇ ਈਓ ਸਿੰਘ ਨੂੰ ਇਸ ਨੂੰ ਮਾਰਕਾ ਦਿੱਤਾ ਅਤੇ ਉਹਨਾਂ ਦੀ ਪਤਨੀ ਅਤੇ ਲੜਕੇ 'ਤੇ 420 ਦਾ ਕੇਸ ਦਰਜ ਕਰ ਦਿੱਤਾ ਗਿਆ, ਜਿਸਦੀ 14 ਮਈ ਨੂੰ ਉਸਦੀ ਮਾਂ ਨੂੰ ਅਦਾਲਤ ਵਿੱਚ ਪੇਸ਼ੀ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਅੱਜ ਸਵੇਰੇ 9 ਵਜੇ ਉਸਨੇ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਬਠਿੰਡਾ ਦੇ ਪਿੰਡ ਕੁੱਦਾ ਵਿਖੇ ਇੱਕ ਹੋਰ ਕਿਸਾਨ ਨੇ ਕਰਜ਼ੇ ਕਾਰਨ ਜ਼ਹਿਰੀਲੀ ਸਪਰੇ ਪੀ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਕੋਲ 4 ਏਕੜ ਦੇ ਕਰੀਬ ਜ਼ਮੀਨ ਸੀ। ਉਸ ਕਿਸਾਨ ਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਲਿਮਟ ਦਾ 3 ਲੱਖ 1.5 ਲੱਖ ਰੁਪਏ ਕੋਪਰੇਟਿਵ ਸੁਸਾਇਟੀ ਦਾ ਅਤੇ 2 ਲੱਖ ਦੇ ਕਰੀਬ ਆੜ੍ਹਤੀਏ ਦਾ ਕਰਜ਼ ਦੇਣਾ ਸੀ। ਉਕਤ ਕਿਸਾਨ ਵੱਲੋਂ ਕਰਜ਼ੇ ਕਾਰਨ ਆਪਣੀ ਜ਼ਮੀਨ 20 ਗਹਿਣੇ ਰੱਖੀ ਹੋਈ ਸੀ। ਫਸਲ ਮਾੜੀ ਰਹਿਣ ਕਾਰਨ ਕਰਜ਼ੇ ਦੀ ਪਿੰਡ ਪੰਡ ਉਤਰਨ ਦੇ ਬਜਾਏ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਸੀ, ਜਿਸ ਕਾਰਨ ਕਿਸਾਨ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਕਾਰਨ ਬੀਤੇ ਕੱਲ੍ਹ ਉਸਨੇ ਸਪਰੇ ਪੀ ਲਈ। ਪਰਿਵਾਰ ਮੈਂਬਰਾਂ ਵੱਲੋਂ ਇਲਾਜ ਲਈ ਪਹਿਲਾਂ ਉਸਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਦੇ ਕਾਰਨ ਉਸਨੂੰ DMC ਲੁਧਿਆਣਾ ਰੈਫਰ ਕਰ ਦਿੱਤਾ। ਪਰ ਉੱਥੇ ਕਿਸਾਨ ਦੀ ਮੌਤ ਹੋ ਗਈ। ਜਦ ਇਸ ਸੰਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਭੱਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਸੇ ਗੁਰਪ੍ਰੀਤ ਮਿਰਗੀ ਦੇ ਦਿਲ ਦਾ ਮਰੀਜ਼ ਸੀ। ਇਸੇ ਬਿਮਾਰੀ ਤੋਂ ਪੀੜਤ ਉਸ ਕਿਸਾਨ ਦੀ ਦਵਾਈ ਚੱਲਦੀ ਸੀ। ਬੀਤੇ ਦਿਨ ਉਸ ਕਿਸਾਨ ਦਵਾਈ ਦੇ ਭੁਲੇਖੇ ਕਾਰ 'ਚ ਰੱਖੀ ਕੋਈ ਜ਼ਹਿਰੀਲੀ ਦਵਾਈ ਪੀ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ। ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦਾ ਦੇਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਰਾਣਾ ਰਣਬੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਉਹਨਾਂ ਨੇ ਪਿਤਾ ਦੀ ਉਮਰ 75 ਸਾਲ ਦੀ ਸੀ। ਉਹਨਾਂ ਦਾ ਦੇਹਾਂਤ ਕੱਲ੍ਹ ਰਾਤ ਧੂਰੀ ਕਸਬੇ 'ਚ ਹੋਇਆ। ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਣਾ ਰਣਬੀਰ ਬਾਲੀਵੁੱਡ 'ਚ ਸ਼ੈਂਪੀ ਨਾਂ ਨਾਲ ਮਸ਼ਹੂਰ ਹੋਏ ਹਨ। ਰਾਣਾ ਰਣਬੀਰ ਦਾ ਨਾਂ ਉਹਨਾਂ ਅਭਿਨੇਤਾਵਾਂ 'ਚ ਸ਼ਾਮਲ ਹੈ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਰਾਣਾ ਰਣਬੀਰ ਸਿਨੇਮਾ ਜਗਤ ਅਤੇ ਥੀਏਟਰ ਦੀ ਦੁਨੀਆ ਦਾ ਉੱਘਾ ਸਾਖਰ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖੀ ਦਾ ਲੋਹਾ ਸਮੇਂ ਸਮੇਂ 'ਤੇ ਮਨਵਾਇਆ। ਅਬਹੋਰ ਤੋਂ ਸ਼੍ਰੀਨਗਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬਾਥਰੂਮ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਜ਼ਿਮੀਂਦਾਰ ਕੰਪਨੀ ਦੀ ਬੱਸ ਜਦੋਂ ਅੱਜ ਦੁਪਹਿਰ ਦੇ ਸਮੇਂ ਅਬਹੋਰ ਦੇ ਸ਼੍ਰੀਨਗਰ ਦੀ ਜਾ ਰਹੀ ਸੀ ਤਾਂ ਹਿੰਦੂ ਮਲਕੋਟ ਰੋਡ 'ਤੇ ਸਥਿਤ ਸੱਚਖੰਡ ਸਕੂਲ ਦੇ ਨੇੜੇ ਪਹੁੰਚਣ 'ਤੇ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਨਾਲ ਸਵਾਰੀਆਂ 'ਚ ਅਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਸੀ ਪੰਜਾਬ ਟੋਪ 10। ਫਿਰ ਨਵੀਂ ਅਪਡੇਟ ਲੈ ਕੇ ਮੈਂ ਫਿਰ ਵਾਪਸ ਆਵਾਂਗਾ। ਤਦ ਲਈ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ। ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਤੁਸੀਂ ਇਹ ਕਾਰਡਿਕ ਮੀਟਰ ਨੂੰ ਆਪਰੇਟ ਕਰਨ ਬਾਰੇ ਕਿਵੇਂ ਜਾਣਦੇ ਹੋ? ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਤੋਂ OT ਦਾ ਡਿਪਲੋਮਾ ਕਰ ਰਹੀ ਹਾਂ। ਟ੍ਰੇਨਿੰਗ ਤੋਂ ਬਾਅਦ ਇਸੇ ਹਸਪੀਟਲ ਵਿੱਚ ਤੁਹਾਡੀ ਜੋਬ ਪੱਕੀ। ਸੱਚ? ਯੈਸ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ 'ਤੇ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਪਟਿਆਲਾ।